ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਹੈ ਤੁਹਾਡਾ ਚੈਨਲ 'ਤੇ। ਤਾਂ ਦੇਖੋ ਜੀ, ਟ੍ਰਿਪਲ ਐਸ ਕਲਰਕ ਜਿਹੜੇ ਆਪਣੇ ਭਰਤੀਆਂ ਹੋਈਆਂ ਸੀਗੀਆਂ ਉਹਨਾਂ ਦੇ ਰਿਗਾਰਡਿੰਗ ਬਿਗ ਅਪਡੇਟ ਆਈ ਹੈ। ਵੇਟਿੰਗ ਲਿਸਟ ਅਪਡੇਟਸ ਕੀਤੀਆਂ ਨੇ ਇਹਨਾਂ ਨੇ 2021-22-23 ਦੀਆਂ, ਅਤੇ ਸੈਕਿੰਡ ਲਿਸਟਾਂ ਜਿਹੜੀਆਂ ਜਾਰੀ ਕੀਤੀਆਂ ਸੀ ਉਹਨਾਂ ਬਾਰੇ ਵੀ ਆਪਾਂ ਗੱਲ ਕਰਾਂਗੇ ਅੱਜ। ਅਤੇ ਟਾਈਪਿੰਗ ਲਿਸਟ ਜਿਹੜੀਆਂ ਜਾਰੀ ਕੀਤੀਆਂ ਸੀਗੀਆਂ ਉਹਨਾਂ ਦਾ ਹੁਣ ਅੱਗੇ ਕੀ ਪ੍ਰੋਸੈਸ ਹੈ ਜਾਂ ਉਹਨਾਂ ਦਾ ਕੀ ਬਣਿਆ ਉਹਦੇ ਬਾਰੇ ਵੀ ਗੱਲ ਕਰਾਂਗੇ। ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਣਾ ਦੋਸਤੋ। ਜਿਹੜੀਆਂ ਲਿਸਟਾਂ ਮੈਂ ਤੁਹਾਨੂੰ ਸ਼ੋਅ ਕਰਾਂਗਾ ਅੱਜ, ਉਹ ਤੁਸੀਂ ਟ੍ਰਿਪਲ ਐਸ ਬੀ ਵੈਬਸਾਈਟ ਤੋਂ ਵੀ ਓਫੀਸ਼ੀਅਲ ਜਾ ਕੇ ਦੇਖ ਸਕਦੇ ਹੋ। ਉੱਥੇ ਜੇਕਰ ਚੈਨਲ 'ਤੇ ਪਹਿਲੀ ਵਾਰੀ ਆਏ ਹੋ ਤਾਂ ਦੋਸਤ ਤੁਹਾਡੇ ਨਾਲ ਇੱਕ ਰਿਕੁਐਸਟ ਹੈ, ਥੱਲੇ ਆਪਣੇ ਟੈਲੀਗ੍ਰਾਮ ਔਰ ਵਟਸਐਪ ਚੈਨਲ ਦੇ ਲਿੰਕ ਦਿੱਤੇ ਨੇ, ਉਹਨਾਂ ਨੂੰ ਜ਼ਰੂਰ ਜੁਆਇਨ ਕਰ ਲੈਣਾ ਅਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲੈਣਾ। ਸਭ ਤੋਂ ਪਹਿਲਾਂ ਮੈਂ ਦੋਸਤੋ ਤੁਹਾਨੂੰ ਟਾਈਪਿੰਗ ਰਿਜ਼ਲਟ ਦਿਖਾਉਣਾ, ਜਿਹੜੀਆਂ ਕਲਰਕ ਦੀਆਂ ਪੋਸਟਾਂ ਸੀਗੀਆਂ 17-2021 ਨੂੰ, ਠੀਕ ਹੈ ਜੀ। 17 ਅਗਸਤ ਨੂੰ ਹੋਇਆ ਸੀਗਾ, ਠੀਕ ਹੈ ਜੀ, ਇਹ ਪੇਪਰ ਅਤੇ ਇਹਦਾ ਟਾਈਪਿੰਗ ਰਿਜ਼ਲਟ ਵਾਲਾ, ਅਤੇ ਇਹਦਾ ਆਪਣੇ ਕੋਲ ਆ ਚੁੱਕਿਆ ਹੈ। ਦੇਖੋ ਇਹਦੇ ਵਿੱਚ ਬਹੁਤ ਸਾਰੇ ਬੱਚੇ ਨੇ ਜਿਹੜੇ ਨੋਟ ਕੁਆਲੀਫਾਈਡ ਅਤੇ ਅਬਸੈਂਟ ਰਹੇ ਨੇ, ਠੀਕ ਹੈ ਜੀ। ਕੁਆਲੀਫਾਈਡ ਸਿਰਫ ਅਤੇ ਸਿਰਫ ਆਪਣੇ ਕੋਲ ਟੋਟਲ ਕੁਆਲੀਫਾਈਡ ਬੱਚੇ ਹੈਗੇ ਨੇ। ਇੱਕ ਮਿੰਟ ਤੁਹਾਨੂੰ ਮੈਂ ਇੱਥੇ ਹੁਣੇ ਵੀਡੀਓ ਦੇ ਵਿੱਚ ਹੀ ਦੱਸ ਦੇਣਾ, 1-2-3-4, ਠੀਕ ਹੈ ਜੀ, 4-5-6, ਟੋਟਲ 6 ਬੱਚੇ ਸਿਲੈਕਟ ਹੋਏ ਨੇ, ਦੇਖੋ ਕੁਆਲੀਫਾਈਡ ਕੀਤੇ ਨੇ। ਟੋਟਲ ਬੱਚੇ ਕਿੰਨੇ ਸੀ, 1-2-3-4-5-6-7-8 ਦੋਸਤੋ, ਇਹ 6 ਬੱਚੇ 27 ਦੇ ਵਿੱਚੋਂ। ਇਹ ਸੀਗੀ ਫਸਟ ਲਿਸਟ। ਹੁਣ ਮੈਂ ਤੁਹਾਨੂੰ ਦੂਜੀ ਲਿਸਟ ਵੀ ਦਿਖਾਉਣਾ, ਫਿਰ ਆਪਾਂ ਤੁਹਾਨੂੰ ਦੱਸਾਂਗੇ ਕਿ ਲਾਸਟ 'ਤੇ। ਅਤੇ ਦੋਸਤੋ ਇਹ ਨੇ ਜਿਹੜੀ ਟਾਈਪਿੰਗ ਲਿਸਟ ਆਈ ਟੀ ਕਲਰਕ ਦੀਆਂ ਨੇ, ਇਹ ਵੀ ਹਾਇਲਡ 17 ਅਗਸਤ ਨੂੰ ਹੋਇਆ ਸੀਗਾ। ਇਹਦੇ ਵਿੱਚ ਵੀ ਬਹੁਤ ਘੱਟ ਬੱਚੇ ਨੇ ਜਿਹੜੇ ਕੁਆਲੀਫਾਈਡ ਹੋਏ ਨੇ। ਦੇਖੋ 60 ਮਾਰਕਸ ਵਾਲੇ ਬੱਚਿਆਂ ਨੂੰ ਵੀ ਬੁਲਾਇਆ ਗਿਆ ਸੀ ਟਾਈਪਿੰਗ ਦੇ ਲਈ। ਦੇਖੋ ਕੁਆਲੀਫਾਈਡ ਅਤੇ ਅਬਸੈਂਟ ਬਹੁਤ ਜ਼ਿਆਦਾ ਬੱਚੇ ਹੋਏ ਨੇ ਦੋਸਤੋ, ਕਿਉਂਕਿ ਨਾ ਉਹ ਆਲਰੇਡੀ ਹੀ ਕਿਤੇ ਨਾ ਕਿਤੇ ਉਹਨਾਂ ਨੇ ਮਤਲਬ ਕਿ ਆਪਣੇ ਆਪ ਨੂੰ ਐਡਜਸਟ ਕਰ ਲਿਆ, ਇਸ ਲਈ ਇੱਥੇ ਨਹੀਂ ਆਏ। ਇਹ ਸੈਕਿੰਡ ਲਿਸਟ ਹੋ ਗਈ। ਅਤੇ ਦੋਸਤੋ ਆਹ ਹੋ ਗਈ ਆਪਣੀ ਟੈਸਟ ਪੋਸਟ ਕਲਰਕ ਅਕਾਊਂਟ, ਇਹ ਅਕਾਊਂਟ ਵਾਲੇ ਜਿਹੜੇ ਕਲਰਕ ਸੀਗੇ ਉਹਨਾਂ ਦੇ। ਦੇਖੋ ਤੁਸੀਂ ਐਬਸੈਂਟ ਦੇਖ ਸਕਦੇ ਹੋ ਕਿੰਨੇ ਜ਼ਿਆਦਾ ਬੱਚੇ ਨੇ, ਠੀਕ ਹੈ ਜੀ, ਐਬਸੈਂਟ ਬਹੁਤ ਜ਼ਿਆਦਾ ਬੱਚੇ ਨੇ। ਟੋਟਲ ਆਪਣੇ ਕੋਲ 218, ਹਾਂਜੀ 218 ਬੱਚੇ ਨੇ ਦੋਸਤੋ, ਦੇਖ ਸਕਦੇ ਹੋ ਤੁਸੀਂ 218 ਬੱਚਿਆਂ ਦੇ ਵਿੱਚੋਂ ਕਿੰਨੇ ਜ਼ਿਆਦਾ ਬੱਚੇ ਐਬਸੈਂਟ ਨੇ, ਠੀਕ ਹੈ ਜੀ। ਇਸ ਤੋਂ ਬਾਅਦ ਹੁਣ ਮੈਂ ਤੁਹਾਨੂੰ ਇੱਥੇ ਹੀ ਦੱਸ ਦਾਂ ਕਿ ਨੈਕਸਟ ਵੀਡੀਓ, ਵੈਸੇ ਤਾਂ ਹੈ ਇੱਕ ਹੋਰ ਲਿਸਟ ਆਪਣੇ ਕੋਲ, ਪਰ ਮੈਂ ਫਿਲਹਾਲ ਇੱਥੇ ਦੱਸ ਦਿੰਦਾ ਕਿ ਜਿਹੜੀ ਹੈ ਸੈਕਿੰਡ ਲਿਸਟ 2021 ਦੀ ਦੋਸਤੋ, ਉਹ ਇੱਕ ਹੋਰ ਆਉਣ ਦੇ ਪੂਰੇ ਪੂਰੇ ਚਾਂਸ ਨੇ, ਕਿਉਂਕਿ ਦੇਖੋ ਬੱਚੇ ਬਹੁਤ ਜ਼ਿਆਦਾ ਐਬਸੈਂਟ ਨੇ, ਜਿੰਨੀ ਉਹਨਾਂ ਨੂੰ ਲੋੜ ਸੀਗੀ ਉਨੇ ਹਜੇ ਹਾਜ਼ਰ ਨਹੀਂ ਹੋਏ। ਦੇਖੋ ਐਬਸੈਂਟ 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 ਐਬਸੈਂਟ, ਹਰ ਇੱਕ ਬੱਚੇ ਪਿੱਛੇ 4 ਬੱਚੇ ਐਬਸੈਂਟ ਨੇ, ਠੀਕ ਹੈ ਜੀ। ਸੋ ਜੇਕਰ ਤੁਸੀਂ ਇਹ ਪੇਪਰ ਦਿੱਤਾ ਸੀ ਤਾਂ ਜ਼ਰੂਰ ਆਪਣੀ ਟਾਈਪਿੰਗ ਸਿੱਖ ਲਓ। ਇੱਕ ਤੁਹਾਨੂੰ ਲਿਸਟ ਹੋਰ ਦਿਖਾਉਣਾ ਮੈਂ। ਹਾਂ ਦੇਖੋ ਦੋਸਤੋ ਇਹ ਵੀ ਹੈਗੀ ਪੋਸਟ ਆਫ ਕਲਰਕ ਐਮ ਡਾਟਾ ਐਂਟਰੀ ਓਪਰੇਟਰ CCDO ਦੀ, ਇਹਦੇ 'ਚ ਬਹੁਤ ਜ਼ਿਆਦਾ ਬੱਚੇ ਐਬਸੈਂਟ ਨੇ। ਅਤੇ ਦੋਸਤੋ ਇਹ ਵਾਲੀ ਵੀ 2021 ਵਾਲੀਆਂ ਨਹੀਂ, ਸੋਰੀ ਦੋਸਤੋ ਇਹ 2022 ਵਾਲੀਆਂ ਪੋਸਟਾਂ ਨੇ। ਸੋ ਦੋਸਤੋ ਜੇਕਰ ਤੁਸੀਂ ਇਹਨਾਂ ਪੋਸਟਾਂ ਵਿੱਚੋਂ ਕਿਸੇ ਵੀ ਪੋਸਟ ਦੇ ਵਿੱਚ ਹਾਜ਼ਰ ਸੀ, ਭਾਵੇਂ ਤੁਹਾਡੇ ਨੰਬਰ 50 ਹੀ ਸੀ, ਮੈਂ ਤੁਹਾਨੂੰ ਦੱਸ ਰਿਹਾ ਭਾਵੇਂ ਤੁਹਾਡੇ ਨੰਬਰ 50 ਹੀ ਸੀ, ਤਾਂ ਤੁਸੀਂ ਨਾ ਜ਼ਰੂਰ ਟਾਈਪਿੰਗ ਆਪਦੀ ਤਿਆਰ ਕਰ ਰੱਖੋ, ਕਿਉਂਕਿ ਬਹੁਤ ਬੱਚੇ ਨੇ ਜਿਹੜੇ ਜੁਆਇਨ ਨਹੀਂ ਕੀਤੇ ਕਲਰਕਾਂ ਦੇ ਵਿੱਚ। ਸਾਨੂੰ ਪਤਾ ਕਿ ਚੱਕਰ ਜਿਹੜੇ ਨਾ SSSB ਦੇ ਵਿੱਚ ਪੋਸਟਾਂ ਸੀਗੀਆਂ ਕਲਰਕ ਦੀਆਂ, ਇਸ ਪੋਸਟਾਂ ਦੇ ਵਿੱਚ ਬਹੁਤ ਸਾਰੇ ਬੱਚੇ ਬੈਠੇ ਸੀਗੇ, ਜਿਵੇਂ ਕਿ ਜੇਲ੍ਹ ਵਾਰਡਨ ਵਾਲੇ ਵੀ ਅਤੇ ਆਪਣੇ ਪੰਜਾਬ ਪੁਲਿਸ ਵਾਲੇ ਵੀ ਬੱਚੇ। ਇੱਧਰ ਇਹਨਾਂ ਨੇ ਬਹੁਤ ਜ਼ਿਆਦਾ ਪੇਪਰ ਦਿੱਤੇ ਸੀਗੇ ਉਦੋਂ, ਪਰ ਉਹ ਹੁਣ ਹੋਰ ਆਪਣੇ ਵਿਭਾਗਾਂ ਦੇ ਵਿੱਚੋਂ ਸੈਟਲ ਹੋ ਚੁੱਕੇ ਨੇ, ਉਹ ਇਸ ਕਰਕੇ ਨਹੀਂ ਆ ਰਹੇ ਦੁਬਾਰਾ ਇਹਨਾਂ ਦੀ ਲਿਸਟਾਂ ਜਾਰੀ ਕਰਨ 'ਤੇ ਵੀ ਉਹ ਐਬਸੈਂਟ ਨੇ। ਸੋ ਤੁਹਾਡਾ ਨੰਬਰ ਜ਼ਰੂਰ ਆ ਸਕਦਾ ਹੈ ਜਿਨ੍ਹਾਂ ਦੇ 50 ਨੰਬਰ ਵੀ ਨੇ। ਸੋ ਜ਼ਰੂਰ ਆਪਣੀ ਟਾਈਪਿੰਗ ਤਿਆਰ ਰੱਖੋ।
ਕਿਉਂਕਿ ਬਹੁਤ ਸਾਰੇ ਬੱਚੇ ਨੇ ਜਿਹੜੇ ਨਹੀਂ ਜੁਆਇਨ ਕਰ ਰਹੇ, ਐਬਸੈਂਟ ਵੀ ਬਹੁਤ ਜ਼ਿਆਦਾ ਨੇ। ਸੋ ਇਹੀ ਸੀ ਸੈਕਿੰਡ ਲਿਸਟ ਦੀ ਅਪਡੇਟ ਕਿ ਹਾਂ ਸੈਕਿੰਡ ਲਿਸਟ ਜ਼ਰੂਰ ਆਵੇਗੀ ਇਹਦੀ ਇੱਕ ਹੋਰ। ਵੈਸੇ ਤਾਂ 5ਵੀਂ 6ਵੀਂ ਵਾਰ ਲਿਸਟਾਂ ਕੱਢ ਚੁੱਕੇ ਨੇ, ਤਾਂ ਫਿਰ ਵੀ ਆਪਾਂ ਉਹਨੂੰ ਸੈਕਿੰਡ ਲਿਸਟ ਹੀ ਕਹਾਂਗੇ ਫਿਰ ਵੀ। ਸੋ ਇਹ ਸੀ ਅੱਜ ਦੀ ਅਪਡੇਟ TSSB ਕਲਰਕ ਦੇ ਰਿਗਾਰਡਿੰਗ।